ਤੇ ਸੰਗਤ ਨੂੰ ਬੇਨਤੀ ਹੈ ਬਾਈ ਜੀ ਦੋਨੋਂ ਤਾੜੀ ਜੋੜ ਦੇ ਲਓ ਪਹਿਲੀ ਰੇਡ ਸੁਲਤਾਨ ਦੀ ਬਾਈ ਜੀ ਇਹਨਾਂ ਦੰਗ ਨਗਰੋਂ ਨਹੀਂ ਮੱਥ ਕੇ ਚਲੇ ਜਾਣਾ ਇੱਥੋਂ ਲਓ ਪਹਿਲੀ ਰੇਡ ਸੁਲਤਾਨ ਦੀ ਸੁਲਤਾਨ ਦੀ ਰੇਡ ਤੇ ਪਹਿਲਾ ਬੈਂਕ ਬਾਬਾ ਕਾਜੀ ਦਾਸ ਕਬੱਡੀ ਕਲੱਬ ਧਨੌਰੀ ਦਾ ਕਵੀ ਵਿਲਿਆ ਕਰ ਗੱਲ ਲਓ ਅਗਲੀ ਕਬੱਡੀ ਵੇਖਦਾ ਵੀ ਮੈਦਾਨ ਵਿੱਚ ਕੌਣ ਦਿੜਵੇ ਦੀ ਟਿਬਲੀ ਪਾਵੇਗਾ ਸੰਦੀਪ ਲੋਧਰ ਕਹਿੰਦੇ ਅਸੀਂ ਨੌਜਵਾਨ ਨੂੰ ਬੜੀ ਚਰਚਾ ਹੈ ਬੜੀ ਚੜ੍ਹਤ ਹੈ ਜਿੱਦਾਂ ਨਰੋਲ ਪੰਜਾਬੀ ਵਿੱਚ ਆਖਿਆ ਵੀ ਮੁੰਡੇ ਦੀ ਗੁੱਡੀ ਚੜ੍ਹੀ ਹੋਈ ਹੈ ਕਬੱਡੀ ਦੀ ਬਾਬਤ ਐਨ ਘਰ ਘਰ ਗੱਲਾਂ ਹੁੰਦੀਆਂ ਵੀ ਕੋਈ ਸੰਦੀਪ ਲੋਧਰ ਕਬੱਡੀ ਖੇਡਦਾ ਹੈ ਐਨ ਮੈਦਾਨ ਦੇ ਵਿੱਚ ਗਭਰੋ ਸੰਦੀਪ ਲੋਧਰ ਮੇਰੇ ਵੀਰੋ ਕਬੱਡੀ ਸੰਦੀਪ ਲੋਧਰ ਦੀਆਂ ਤਿੰਨ ਰੇਡਾਂ ਤੇ 3100 ਰੁਪਇਆ ਲੱਗਾ ਹੋਇਆ ਸਾਡਾ ਵੀਰ ਪੂਰਾ ਤੇ ਨਾਲ ਕਹਿੰਦੇ ਵੀ ਜਿੱਥੇ ਜੀਤ ਉਹਨਾਂ ਦਾ ਤੇ ਬਿੰਦੇ ਉਹਨਾਂ ਵੱਲੋਂ 3100 ਰੁਪਇਆ ਲੱਗਿਆ ਤੇ 500 ਰੁਪਇਆ ਬਾਈ ਜੀ ਕਿਹਦੇ ਵੱਲੋਂ ਪ੍ਰੇਮ ਮੋਟਰ ਤੇ ਗੁਰਦਾਸ ਮੋਟਰ ਇਧਰਲੇ ਪਾਸੇ 500 ਤੇ ਰੱਖ ਦੋ ਚਲੀ ਤੇ ਨਾਲ ਰੇਡ ਸਾਹਮਣੇ ਮਨਜੋਤ ਗਿੱਲ ਦੀ ਲੈਵੀ ਆ ਜਾ ਬਿੱਲਿਆ ਮਨਜੋਤ ਮਾਛੀ ਵੜੇ ਸਾਹਿਬ ਦੀ ਧਰਤੀ ਦਾ ਮੇਰੇ ਵੀਰੋ ਸਾਹਿਬ ਇਹ ਕਮਾਲ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੀ ਪਾਵਨ ਸ਼ੋ ਧਰਤੀ ਲਓ ਆ ਜੋ ਪੁਆਇੰਟ ਮਨਜੋਤ ਨੇ ਟੀਮ ਦੇ ਖਾਤੇ ਜੋੜ ਦਿੱਤਾ ਹੈ ਕਿ ਦੁਨੀਆ ਇੱਕ ਪਾਸੇ ਪੈਸਾ ਇੱਕ ਪਾਸੇ ਯਾਰੀ ਯਾਰਾਂ ਦੀ ਰਾਜੇ ਖੇਲੇ ਦਿਲਾਂ ਵਿੱਚ ਥਾਂ ਹੁੰਦੀ ਕੁਝ ਖਾਸ ਖਾਸ ਦਿਲਦਾਰਾਂ ਦੀ ਰਾਜੇ ਖੇਲੇ ਦਿਲਾਂ ਵਿੱਚ ਥਾਂ ਹੁੰਦੀ ਕੁਝ ਖਾਸ ਖਾਸ ਦਿਲਦਾਰਾਂ ਦੀ ਲੈ ਵੀ ਘਨਾਰ ਵਾਲਿਆ ਦੇਖਦਾ ਵੀ ਬਾਬੇ ਬਘੇਲ ਦਾ ਪੁੱਤਰ ਪੂਰੀ ਦੁਨੀਆ ਦੀ ਚਰਚਾ ਵਿੱਚ ਹੈ 2200 ਰੁਪਇਆ ਲਾ ਗਿਆ ਦੂਜੀ ਰੇਡ ਹੈ ਉਧਰ ਗੋਗੇ ਡੇਰੀ ਵਾਲੇ ਨੇ ਵੀ 500 ਲਾਤਾ 4100 ਮਨੀ ਤਰੋਰੀ ਕਬੱਡੀ ਤਾੜੀ ਜ਼ੋਰਦਾਰ 4100 ਤਾੜੀ ਰਾਜੇ 4100 ਇਹ ਮਨੀ ਧਨੌਰੀ ਵਾਲਾ ਮੇਰੇ ਵੀਰੋ ਮੰਨਿਆ ਪਰਮੰਨਿਆ ਸਟਾਰ ਮਨੀ ਧਨੌਰੀ ਵਾਲੇ ਨੇ ਤਕੜਾ ਜੱਫਾ ਲਾ ਦਿੱਤਾ ਹੈ ਅਗਲੀ ਕਬੱਡੀ ਵੇਖਦੇ ਹਾਂ ਵੀ ਮੈਦਾਨ ਦੇ ਅੰਦਰ ਸੁਲਤਾਨ ਸੁਲਤਾਨ ਸਮਸਪੁਰ ਗੋਗੇ ਡੇਰੀ ਵਾਲੇ ਦਾ ਵੀ ਧੰਨਵਾਦ ਉਹਨੇ ਵੀ 500 ਪਾਇਆ ਤੇ 4100 ਰਾਜੇ ਆ ਕੇ ਇੱਕ ਬੰਦਾ ਫੜ ਲਿਜਵੇ ਭੱਜ ਕੇ ਪ੍ਰੀਤੇ ਚੱਕ ਭੱਜ ਸ਼ਾਬਾਸ਼ ਉਧਰ ਇੰਦਰਜੀਤ ਸਿੰਘ ਬੰਨੀ ਰੇਡ ਪਾ ਰਿਹਾ ਲੈ ਵੀ ਪ੍ਰੀਤੇ ਨੀਚੇ ਬੈਠ ਜਾ ਗੁਰਦਾਸ ਮੋਟਰ ਤੇ ਪ੍ਰੇਮ ਮੋਟਰ ਵੱਲੋਂ ਜੇਕਰ ਦੁੱਗਾ ਵਾਲਾ ਜੱਫਾ ਲਾਉਂਦਾ ਤੇ 500 ਪਰ 5000 ਕਹਿੰਦੇ ਲੱਗ ਲੱਗਿਆ ਹੋਇਆ ਲਓ ਇੰਦਰਜੀਤ ਬੰਨੀ ਦੀ ਰੇਡ ਤੇ ਪੁਆਇੰਟ ਬੰਨੀ ਦਾ ਬਿਲਿਆ ਮਨਜੋਤ ਲਓ ਮਨਜੋਤ ਮਾਛੀ ਵੜੇ ਸਾਹਿਬ ਦੀ ਧਰਤੀ ਦਾ ਸਿਰ ਕਬੱਡੀ ਪਾ ਰਿਹਾ ਹੈ ਵੇਖ ਲਓ ਵੀ ਚਾਰ ਚਾਪਰ ਚੌਹਾਂ ਦੇ ਵਿੱਚੋਂ ਹੁਣ ਦੁੱਗਾ ਵਾਲਾ ਖੁਸ਼ੀ ਸਾਹਮਣੇ ਹੈ ਬਾਬੂ ਝਨੇੜੀ ਵਾਲਾ ਸਾਹਮਣੇ ਹੈ ਧਿਆਨਾ ਸਾਹਮਣੇ ਹੈ ਸੱਤੀ ਦਿਨਵੇ ਵਾਲਾ ਹੈ ਚੌਹਾਂ ਦੇ ਵਿੱਚੋਂ ਲਓ ਝਨੇੜੀ ਵਾਲੇ ਬੱਬੂ ਦੇ ਨਾਲ ਟਾਕਰਾ ਹੋਇਆ ਹੈ ਪਰ ਮਨਜੋਤ ਨੇ ਅਜੋ ਪੁਆਇੰਟ ਧਨੌਰੀ ਦੇ ਖਾਤੇ ਜੋੜ ਦਿੱਤਾ ਹੈ ਕਕਰਾਲੀ ਸਾਹਿਬ ਜੀ ਕਰਿਓ ਗੱਲ ਦੁੱਧ ਪਰਿਵਾਰ ਦਾ ਮੁੰਡਾ ਮਾਨ ਸਿੰਘ ਦੁਲਤ ਆ ਗਿਆ ਰੇਡ ਪਾਉਣ ਲਈ ਇਹ ਮਾਨ ਸਿੰਘ ਦੁਲਤ ਦਿੜਵੇ ਵਾਲਾ ਰੇਡ ਪਾ ਰਿਹਾ ਹੈ ਅੰਮ੍ਰਿਤਪਾਲ ਸ਼ੇਰੂ ਇੰਦਰਜੀਤ ਕਲਸੀਆਂ ਵਾਲਾ ਧਨੌਰੀ ਪਿੰਡ ਦਾ ਮਨੀ ਲਓ ਇੰਦਰਜੀਤ ਇੰਦਰਜੀਤ ਤਾੜੀ ਮਾਰ ਦਿਓ ਜ਼ੋਰਦਾਰ ਬਾਈ ਜੀ ਜ਼ੋਰਦਾਰ ਤਾੜੀ ਮਾਰ ਦਿਓ ਕਿ ਮੂਹਰੇ ਖੜ ਕੇ ਹੌਸਲਾ ਕਰਕੇ ਇੰਦਰਜੀਤ ਕਲਸੀਆਂ ਲਈ 2000 ਆਇਆ ਆ ਜੋ ਫਿਰ ਤੋਂ ਖੁਸ਼ ਹੋ ਕੇ ਸਾਰੀ 200 ਸਾਰੀ 100 ਰੁਪਇਆ ਕਈ ਵਾਰ ਭੁਲੇਖਾ ਲੱਗ ਜਾਂਦਾ 100 ਰੁਪਇਆ ਇੰਦਰਜੀਤ ਕਲਸੀਆਂ ਦਾ ਆ ਜੋ ਫਿਰ ਲਓ ਸੁਲਤਾਨ ਦੀਆਂ 3 ਕਬੱਡੀਆਂ 2100 ਦੀਆਂ ਗੁਰਦਾਸ ਮੋਟਰ 500 ਦਿਓ ਜੀ 500 ਅਮਿਤ ਸ਼ਾਹ ਸੁਹਾਣਾ ਭੱਜ ਗਈ ਅੱਜ ਫਿਰ 1000 ਚੱਕ ਭੱਜ ਗਈ ਇਹ ਬੂਟਾ ਸਿੰਘ ਸਾਡਾ ਵੀਰ ਉਹਨਾਂ ਨੇ ਵੀ ਮਾਇਆ ਪੋਦੀ ਕੀਤੀ ਹੈ ਲਓ ਇੰਦਰਜੀਤ ਬੰਨੀ ਦੀ ਰੇਡ ਪੈ ਰਹੀ ਹੈ ਇੰਦਰਜੀਤ ਬੰਨੀ ਸਮਾਣੇ ਵਾਲਾ ਹਰਪ੍ਰੀਤ ਸਿਵੀ ਦਾ ਖੇਤਾ ਖੜਾ ਰਹੀ ਹੈ ਪਰ ਸੇਠੀ ਨੇ ਇਸ਼ਾਰਾ ਕਰ ਦਿੱਤਾ ਵੀ ਪੈਣ ਧਾਰੀ ਧਾਵੀ ਦਾ ਲਓ ਮਨਜੋਤ ਆ ਗਿਆ
ਕਬੱਡੀ ਮਨਜੋਤ ਦੀ ਪਈ ਹੋਈ ਹੈ। ਜੇ ਖੁਸ਼ੀ ਨੇ ਆ ਜਫਾਨਾ ਤਾਂ ਤੇ 5000 ਦਿੱਤਾ ਜਾਣਾ। ਉਹ ਮੇਰਾ ਖਿਆਲ ਹੈ ਮੇਰਾ 5000 ਲਗਾਤਾਰ ਦੋ ਟੱਚਾਂ ਦਾ ਟੱਚ ਖੁੱਜ ਗਿਆ। ਪ੍ਰਦੀਪ ਸਿੰਘ ਬੱਬੂ ਝਨੇੜੀ ਵਾਲਾ ਨਾ ਉਹ ਝਨੇੜੀ ਵਾਲਾ ਝਨੇੜੀ ਵਾਲਾ ਝਨੇੜੀ ਵਾਲਾ ਝਨੇੜੀ ਵਾਲਾ ਭਾਈ ਝਨੇੜੀ ਵਾਲਾ ਜਥਾ ਵੜੀਆ ਲੱਗਿਆ ਤੇ ਤਾੜੀ ਜ਼ੋਰਦਾਰ ਮਾਰ ਦਿਓ। ਬਾਬੂ ਝਨੇੜੀ ਵਾਲਾ ਵੀ ਧੰਨ ਧੰਨ ਕਰਵਾਈ ਜਾ ਰਿਹਾ ਹੈ, ਇੱਧਰ ਇੰਦਰ ਜੀ ਧੰਨ ਧੰਨ ਕਰਾ ਰਿਹਾ ਹੈ, ਪਰ ਸਮੇਂ ਦਾ ਕੀ ਫਾਇਦਾ ਮੂਹਰੇ ਸਾਹਮਣੇ ਆਵੇਗਾ, ਇਹ ਕੀ ਫੈਸਲੇ ਹੋਣਗੇ ਮੇਰੇ ਵੀਰੋ। ਭਾਗੋ ਮਾਰ ਦੇ ਕਬੱਡੀ ਕੱਲ ਦਾ ਫਾਈਨਲ ਬਣੀ ਸਮਾਣੇ ਵਾਲਾ ਕਬੱਡੀ ਪਾ ਰਿਹਾ ਹੈ, ਇੰਦਰਜੀਤ ਹੈ ਸਾਹਮਣੇ ਕਲਸੀਆਂ ਵਾਲਾ ਲਾਓ। ਸਾਡਾ ਕੀ ਹੈ ਵੀ ਜਫਾ ਲੱਗਿਆ ਜਾਂ ਨਹੀਂ, ਰੈਫਰੀ ਸਾਡਾ ਕੀ ਇਸ਼ਾਰਾ, ਪੁਆਇੰਟ ਰੇਡਰ ਦੇ ਖਾਤੇ ਜੁੜ ਗਏ ਹੈ, ਪੁਆਇੰਟ ਬਣੀ ਦੇ ਖਾਤੇ ਜੁੜੇ ਹੈ। ਪ੍ਰੇਮ ਮੋਟਰ ਤੇ ਗੁਰਦਾਸ ਮੋਟਰ ਨੇ ਵੀ ਐਲਾਨ ਕਰ ਦਿੱਤਾ ਵੀ ਦੁੱਗਾ ਵਾਲਾ ਖੁਸ਼ੀ ਜਫਾ ਲਾਓ ਤੇ 500, ਗੋਗੇ ਡੈਰੀ ਵਾਲੇ ਨੇ ਵੀ ਐਲਾਨ ਕਰ ਦਿੱਤਾ ਜੇਕਰ ਦੁੱਗਾ ਵਾਲਾ ਜਫਾ ਲਾਉਂਦਾ ਤੇ 500 ਲਾਓ ਸੁਲਤਾਨ ਦੀ ਰੇ। ਬਾਬੇ ਇੰਦਰ ਸਿੰਘ ਦਾ ਪੋਤਰਾ, ਬਾਬੇ ਇੰਦਰ ਸਿੰਘ ਦਾ ਪੋਤਰਾ, ਪ੍ਰੀਤਮ ਪ੍ਰਧਾਨ ਦਾ ਪੁੱਤਰ, ਸਮਸਪੁਰੀਆ ਸੁਲਤਾਨ ਦੁਨੀਆ ਦਾ ਮਹਾਨ ਖਿਡਾਰੀ ਤਿਆਰ ਹੈ ਕਬੱਡੀ ਪਾਉਣ ਦੇ ਲਈ। ਸਾਹਮਣੇ ਦੋਗਾ ਵਾਲਾ ਵੀ ਰੈਡੀ ਹੈ, ਪ੍ਰਦੀਪ ਉਰਸ ਨੌਜਨ ਬੱਬੂ ਝਨੇੜੀ ਵਾਲਾ ਵੀ ਤਿਆਰ ਹੈ। ਨੌਜਵਾਨ ਧਿਆਨਾ ਵੀ ਤਿਆਰ ਹੈ ਤੇ ਨਾਲ ਕਹਿੰਦੇ ਸੱਤੀ ਵੀ ਤਿਆਰ ਹੈ। ਦਿੜਵੇ ਦੀ ਸਟਾਪ ਲਾਈਨ ਹੈ, ਕਬੱਡੀ ਸਮਸਪੁਰੀਏ ਦੀ ਪਈ ਹੋਈ ਹੈ, ਕਬੱਡੀ ਸਮਸਪੁਰੀਏ ਸੁਲਤਾਨ ਦੀ ਹੈ ਕਿ ਨਿਮਰਤਾ ਸਾਨ ਵਰਗੀ, ਅੱਖ ਹੈ ਬਾਜ ਵਰਗੀ, ਪਾਤਾ ਹੈ ਚੀਤੇ ਵਾਂਗੂ, ਬਾਵਾਂ ਨੇ ਰਸੁਲ ਨਾਲੀ ਕਿ ਨਿਮਰਤਾ ਸਾਧ ਵਰਗੀ, ਅੱਖ ਹੈ ਬਾਜ ਵਰਗੀ। ਸਮਸਪੁਰੀਆ ਸੁਲਤਾਨ ਪੁਆਇੰਟ ਧਨੌਰੀ ਦੇ ਖਾਤੇ ਜੋੜ ਗਏ। ਸੁਲਤਾਨ ਦੀ ਅਗਲੀ ਰੇਡ ਤੇ ਪ੍ਰੇਮ ਮੋਟਰ ਤੇ ਗੁਰਦਾਸ ਮੋਟਰ ਦੇ ਸਾਡੇ ਬੂਟੇ ਸਿੰਘ ਨੇ ਐਲਾਨ ਕਰਤਾ ਵੀ 500 ਦਿੱਤਾ ਜਾਣਾ। ਲਓ ਇੰਦਰਜੀਤ ਬੰਨੀ ਰੇਡ ਪਾ ਰਿਹਾ, ਲਵੀ ਬੂਟਿਆ ਆ ਜਾ ਪਿਛਲੇ ਪਾਸੇ, ਸ਼ਿਮੂ USA ਤੇ ਸ਼ਿਮਾ ਥਿੰਦ USA। ਲਓ ਬੰਨੀ ਕਹਿੰਦੇ ਮੁੰਡਾ ਧੱਕੀ ਫਿਰਦਾ, ਲਓ ਧੁੱਸਦਾ ਹੀ ਜਾਂਦਾ। ਗੋਗੇ ਡੈਰੀ ਵੱਲੋਂ 1000 ਦੇ ਕੇ ਜਾਓ ਜੀ, ਪਹਿਲਾਂ ਦੇ ਕੇ ਜਾਓ। ਗੋਗਾ ਸਰਪੰਚ ਪਲੀਜ਼, ਮਾਇਆ ਮੇਰੀ ਬੇਨਤੀ ਆ, ਕੋਈ ਮਾਇਨ ਨਾ ਕਰੋ ਬਾਈ, ਫਾਈਨਲ ਮੈਚ ਆ, ਕਈ ਵਾਰ ਮਿਸ ਹੋ ਜਾਂਦਾ। ਮਾਇਆ ਪਹਿਲਾਂ ਹੱਥ 'ਚ ਦਿਓ ਫਿਰ ਮੈਂ ਅਨਾਊਂਸ ਕਰਨਾ, ਮੇਰੀ ਬੇਨਤੀ ਆ ਤੁਹਾਨੂੰ ਹੱਥ ਬੰਨ ਕੇ ਕੋਈ ਮਾਇਨ ਨਾ ਕਰੇ। ਲਓ ਸੰਦੀਪ ਲੁਧਰ ਆ ਗਿਆ, ਫਿਰ ਰੇਡ ਪਾਉਂਦੇ ਤੇ ਸੰਦੀਪ ਨੇ ਕਹਿੰਦੇ ਕਿ ਕਰਾਰੀ ਸਾਹਿਬ ਹੁਣ ਤੱਕ ਇੱਕੋ ਜੱਫਾ ਜਿਹੜਾ ਮਨੀ ਨੇ ਲਾਇਆ ਧਨੌਰੀ ਵਾਲੇ ਨੇ, ਵੇਖਦਾ ਵੀ ਅਗਲਾ ਜੱਫਾ ਕਾਣ ਆਉਂਦਾ ਹੈ ਸ਼ੇਰੋ ਧਨੌਰੀ ਵਾਲਾ ਤੇ ਜਾਂ ਤੇ ਇੰਦਰਜੀਤ। ਪਰ ਆ ਵੀ ਜੋ ਪੁਆਇੰਟ ਡੇਢ ਵਜੇ ਖਾਤੇ ਜੁੜ ਗਿਆ। ਕੋਚ ਨੇੜੇ ਆ ਜਾ, ਕੋਚ ਇੱਥੇ ਆ ਜਾ ਹੁਣ ਤੂੰ, ਸੰਦੀਪ ਲੁਧਰ ਵੀ 500 ਆ, ਭੱਜ ਕੇ ਆ ਜਾ ਤੂੰ। ਲਵਲੀ ਰੇਡ ਸੁਲਤਾਨ ਦੀ ਕਿ ਸ਼ਾਹਕੋਟ ਟੀਮ ਦਾ ਜੱਟ ਕਪਤਾਨ ਵੀ ਝੋਟੇ ਜਿੰਨੀ ਮੁੰਡੇ ਦੇ ਸਰੀਰ ਵਿੱਚ ਜਾਨ ਵੀ ਬੁੱਕਦਾ ਫਿਰਦਾ ਜੱਟ। ਪ੍ਰੀਤਮ ਭਲਵਾਨ ਦਾ ਪੁੱਤ ਕਹਿੰਦੇ ਅੱਧੀ ਰਾਤ ਬੁੱਕਦਾ ਫਿਰਦਾ। ਲਓ ਰੇਡ ਪਈ ਹੋਈ ਆ ਪ੍ਰੇਮ ਮੋਟਰ ਅਤੇ ਨਾ ਗੁਰਦਾਸ ਮੋਟਰ ਵੱਲੋਂ 500, ਪ੍ਰੇਮ ਮੋਟਰ ਤੇ ਗੁਰਦਾਸ ਮੋਟਰ ਵੱਲੋਂ 500 ਰੁਪਏ ਸੁਲਤਾਨ ਦੇ ਲਈ। ਬਣੀ ਸਮਾਣੇ ਵਾਲਾ ਫਿਰ ਕਬੱਡੀ ਪਾ ਰਿਹਾ ਹੈ। ਸੰਗਤਾਂ ਦਾ ਹਰ ਕੋਈ ਆਪੋ ਆਪਣਾ ਚਹੇਤਾ ਹੁੰਦਾ ਹੈ, ਆਪੋ ਆਪਣੇ ਚਹੇਤਿਆਂ ਲਈ ਦਵਾਵਾਂ ਹੋ ਰਹੀਆਂ ਹੈ। ਕੋਈ ਖੁਸ਼ੀ ਲਈ ਦਵਾਵਾਂ ਕਰਦਾ ਹੈ, ਕੋਈ ਇੰਦਰਜੀਤ ਲਈ ਦਵਾਵਾਂ ਕਰਦਾ ਹੈ, ਔਰ ਕੋਈ ਮਨੀ ਲਈ ਦਵਾਵਾਂ ਕਰਦਾ ਹੋਵੇਗਾ। ਆ ਵੇਖਦਾ ਵੀ ਮੈਦਾਨ ਵਿੱਚ ਇੰਦਰਜੀਤ ਬਾਉ ਕਲਸੀਆਂ ਵਾਲੇ, ਬਾਉ ਬੱਲੇ ਕਬੱਡੀ 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 ਕਬੱਡੀ, ਮੁੰਡਾ ਧੂੜਾ ਵੱਟਦਾ ਫਿਰਦਾ ਹੈ। ਇੰਦਰਜੀਤ ਬੰਨੀ ਬਣ ਲੈ ਕੇ ਵਾਪਸ ਹੈ ਸ਼ਿਮਾ USA, ਉਧਰ ਕਹਿੰਦੇ ਪਿੰਕਾ ਬੈਰਾਮ ਪਰ USA ਤੇ ਨਾਲ ਗੁਰਮੀਤ ਮਾਨ ਤੇ ਨਾਲ ਸਾਡੇ ਵੀਰ ਜਿੰਨੇ ਵੀ ਸਾਡੇ ਭਰਾ
ਬਜਿੰਦਰ ਸਿੰਘ ਨਾਲ ਦਾ ਟੁੱਕ 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 ਗੋਗੇ ਡੇਰੀ ਸਰਪੰਚ ਵੱਲੋਂ 500 ਪ੍ਰੇਮ ਮੋਟਰ ਤੇ ਗੁਰਦਾਸ ਮੋਟਰ ਵੱਲੋਂ ਵੀ 500 ਗੋਗੇ ਵੱਲੋਂ 1000 ਕੋਚ ਕੋ ਸਾਹਿਬ ਨੰਨੇ ਤੋਂ ਇੱਥੇ ਆ ਜਾ ਪੁੱਤ ਬਾਅਦ ਚ ਤੈਨੂੰ ਪ੍ਰੋਬਲਮ ਲਾ ਸੰਦੀਪ ਲੁੱਧਰ ਵੱਡੀ ਪਾਉਣ ਆ ਗਿਆ ਸੰਦੀਪ ਲੁੱਧਰ ਮਾਂ ਦਾ ਲੁੱਧਾ ਕਬੱਡੀ ਪਾ ਰਿਹਾ ਹੈ ਉਧਰ ਚੌਹਾਂ ਦੇ ਵਿੱਚੋਂ ਬਹੁਤ ਧਨੌਰੀ ਵਾਲਿਆ ਬਹੁਤ ਧਨੌਰੀ ਵਾਲਿਆ ਪਰ ਲੁੱਧੇ ਨੂੰ ਬਾਰ ਬਾਰ ਡੱਕਣਾ ਹੈ ਕੋਈ ਖਾਲਾ ਜੀ ਦਾ ਵਾੜਾ ਨਹੀਂ ਕੋਈ ਖਾਲਾ ਜੀ ਦਾ ਵਾੜਾ ਨਹੀਂ ਇੱਕ ਵਿੱਚ ਦਮ ਹੋਵੇ ਲੋਕੀ ਤਾਂ ਪੁੱਛਦੇ ਸਰਨਾਮਾ ਹਰਜੀਤ ਬਰਾੜ ਵਿਰਲੇ ਪੁੱਤ ਜੰਮਦੀਆਂ ਮਾਵਾਂ ਵਿਰਲੇ ਪੁੱਤ ਜੰਮਦੀਆਂ ਮਾਵਾਂ ਸੰਦੀਪ ਲੁੱਧੜ ਵਰਗੇ ਵਿਰਲੇ ਜੰਮਣੇ ਆ ਵਿਰਲੇ ਜੰਮਣੇ ਆ ਜੋਧਿਆ ਸਾੜ ਤੇ ਉਹ ਕੀ ਦੇਖਾਂ ਕੀ ਅਨਾਉਂਸ ਕਰਾਂ ਗੋਗਾ ਡੈਰੀ ਸਰਪੰਚ ਜੇ ਕੋਈ ਲੁੱਧੜ ਨੂੰ ਜਫਾ ਲਓ ਤੇ 500 ਦਿੱਤਾ ਜਾਓ ਪਰ ਸੁਲਤਾਨ ਨੂੰ ਕੌਣ ਫੜੀ ਲਓ ਸੁਲਤਾਨ ਆ ਗਿਆ ਲਓ ਸੁਲਤਾਨ ਦੀ ਰੇਰ ਤੇ ਗੁਰਧਿਆਨਾ ਗੁਰਧਿਆਨਾ ਪਰ ਸੁਲਤਾਨ ਸੁਲਤਾਨ ਤੇ ਸੁਲਤਾਨ ਹੈ 500 ਰੁਪਿਆ ਪ੍ਰੇਮ ਮੋਟਰ ਤੇ ਗੁਰਦਾਸ ਮੋਟਰ ਕਦੀ ਪ੍ਰੀਤੇ ਕਿੱਥੇ ਭੱਜ ਗਿਆ ਪ੍ਰੀਤਾ ਪ੍ਰੀਤਾ ਧਨੌਰੀ ਲਓ ਬਣੀ ਸਮਾਣੀ ਨੇ ਫਿਰ ਕਬੱਡੀ ਪਾੜਤੀ ਹੈ ਕਲਸੀਆਂ ਵਾਲਿਆ ਦੁਨੀਆ ਚਾਹੁੰਦੀ ਹੈ ਮੁੰਡਿਆ ਵੀ ਇਹ ਜੱਸਾ ਇੱਧਰ ਹੁਣ ਲੱਗਣਾ ਚਾਹੀਦਾ ਹੈ ਕਬੱਡੀ ਕਬੱਡੀ ਭਾਗੋ ਮਾਰਦੇ ਕਬੱਡੀ ਕੱਪ ਦਾ ਨਜ਼ਾਰਾ ਵੱਖਰਾ ਹੈ ਮਿਹਰ ਕਰੇ ਸੱਜੇ ਪਾਤਸ਼ਾਹ ਵੀ ਕਿਸੇ ਖਿਡਾਰੀ ਦੇ ਕੋਈ ਝਰੀਰ ਤੱਕ ਨਾ ਆਵੇ ਲਓ ਮਨਜੋਤ ਨੇ ਫਿਰ ਕਬੱਡੀ ਪਾੜਤੀ ਹੈ ਵੇਖਦਾ ਵੀ ਮੈਦਾਨ ਦੇ ਵਿੱਚ ਪ੍ਰਦੀਪ ਹੈ ਨਵਜਨ ਜਿਹਨੂੰ ਬੱਬੂ ਝਨੇੜੀ ਵਾਲਾ ਕਹਿੰਦੇ ਹੈ ਗੁਰਧਿਆਨ ਹੈ ਸੱਤੀ ਹੈ ਤੇ ਨਾਲ ਕਹਿੰਦੇ ਪ੍ਰਿੰਸ ਆਫ ਕਬੱਡੀ ਇਹ ਹੈ ਪ੍ਰਿੰਸ ਕਬੱਡੀ ਦਾ ਖੇਡ ਦਾ ਲੱਗਦਾ ਬੜਾ ਪਿਆਰਾ ਪਰ ਪੁਆਇੰਟ ਜੋ ਹੈ ਮਨਜੋਤ ਦੇ ਖਾਤੇ ਜੁੜ ਗਿਆ ਹੈ ਪੁਆਇੰਟ ਧਨੌਰੀ ਦੇ ਖਾਤੇ ਜੁੜ ਚੁੱਕਿਆ ਹੈ ਮਨੀ ਜਿੰਨੇ ਜਿੱਥੇ ਲਓ ਹਰਪ੍ਰੀਤ ਮਾਣਕ ਮਾਜਰਾ ਐਲਾਨ ਕਰ ਦਿੱਤਾ ਵੀ ਕਿੰਨੀ ਮਾਇਆ 500 ਜੋਧਾ ਪੋਨੀਆ ਤੇ ਨਾਲ ਹਰਪ੍ਰੀਤ ਮਾਣਕ ਮਾਜਰਾ 500 ਦੇ ਮਾਨ ਸਮਾਨ ਦੇਣਗੇ ਜਿਹੜੇ ਵੀਰ ਗਰਾਊਂਡ ਚ ਖੜੇ ਆ ਉਹਨਾਂ ਨੂੰ ਬੇਨਤੀ ਹੈ ਬਈ ਬਾਈ ਜੀ ਹੁਣ ਬੈਠ ਜਾਓ ਥੋੜਾ ਜਿਹਾ ਪਿੱਛੋਂ ਲੋਕੀ ਮੰਗ ਕਰਦੇ ਵੀ ਜਿਹੜੇ ਵੀਰ ਖੜੇ ਆ ਪਲੀਜ਼ ਉਹ ਬੈਠ ਜਾਣ ਲਓ ਸੰਦੀਪ ਲੁੱਧੜ ਆ ਗਿਆ ਰੇਡ ਪਾਉਣ ਦੇ ਲਈ ਅੱਜ ਕੌਣ ਲੈ ਕੇ ਜਾਊ ਦੁੱਗ ਦੁੱਗ ਕਲੀਅਰ ਕਰਨਾ ਬੜਾ ਔਖਾ ਹੋ ਜਾਣਾ ਲਓ ਨੌਜਵਾਨ ਸੰਦੀਪ ਲੁੱਧੜ ਰੇਡ ਪਾ ਰਿਹਾ ਤੇ 4 ਜਾਫੀ ਸਾਹਮਣੇ ਧਨੌਰੀ ਪਿੰਡ ਦਾ ਮਨੀ ਅੰਮ੍ਰਿਤਪਾਲ ਸ਼ੇਰੂ ਅੰਮ੍ਰਿਤਪਾਲ ਸ਼ੇਰੂ ਲਓ ਸ਼ੇਰੂ ਪਰ ਹੁਣ ਲੁੱਧੇ ਨੂੰ ਕਾਣ ਦੁਆਰੇ ਘੇਰੂ ਲੁੱਧੇ ਨੂੰ ਕਾਣ ਦੁਆਰੇ ਘੇਰੂ ਇਹ ਗੱਲਾਂ ਸਾਹਮਣੇ ਆ ਜਾਣੀਆਂ ਲਓ ਵੇਖਦਾ ਵੀ ਅਗਲੀ ਕਬੱਡੀ ਕੱਪੂ ਯੋਗੇ ਨੇ ਐਲਾਨ ਕਰ ਦਿੱਤਾ ਵੀ ਦੁੱਗਾਂ ਵਾਲੇ ਖੁਸ਼ੀ ਦੇ ਹਰ ਕਿਸੇ ਫੇਰਾ 500 ਲਓ ਸੁਲਤਾਨ ਆ ਗਿਆ ਰੇਡ ਪਾਉਣ ਲਈ ਲੈ ਜੋਧੇ ਹਰ ਜਾ ਪਿੱਛੇ ਸੁਲਤਾਨ ਦੀ ਰੇਡ ਪੈ ਰਹੀ ਹੈ ਕਿ ਗੱਭਰੂ ਸ਼ਕੀਨ ਮੁੰਡਾ ਪ੍ਰੀਤਮ ਭਲਵਾਨ ਦਾ ਕਬੱਡੀ ਵਿੱਚ ਜਿਹਨੂੰ ਲੋਕੋ ਬੱਚਾ ਬੱਚਾ ਜਾਣਦਾ ਰੱਖੀ ਬਾਪੂ ਦੀ ਮੁੰਡੇ ਨੇ ਪੂਰੀ ਕਹਿਮ ਸਰਦਾਰੀ ਮਿੱਤਰੋ ਕਿ ਸ਼ਮਸ਼ਪੁਰੀਆ ਸੁਲਤਾਨ ਤੇ ਚੋਟੀ ਦਾ ਖਿਡਾਰੀ ਮਿੱਤਰੋ ਇਹ ਸ਼ਮਸ਼ਪੁਰੀਆ ਸੁਲਤਾਨ ਤੇ ਚੋਟੀ ਦਾ ਖਿਡਾਰੀ ਮਿੱਤਰੋ ਪਰ ਕਕਰਾਰੀ ਸਾਹਿਬ ਸ਼ਮਸ਼ਪੁਰੀਆ ਚੋਟੀ ਦਾ ਤਾਂ ਹੈ ਹੀ ਹੈ ਪਰ ਆਹ ਮੈਚ ਵਿੱਚ ਜਿੰਨੇ ਵੀ ਆਏ ਹੈ ਨਾ ਇਹ ਸਾਰੇ ਚੋਟੀ ਦੇ ਹੀ ਹੈ ਜਿੰਨੇ ਵੀ ਖਿਡਾਰੀ ਫਾਈਨਲ ਖੇਡ ਰਹੇ ਹੈ ਸਾਰੇ ਚੋਟੀ ਦੇ ਪੁੱਜੇ ਹੋਏ ਹੈ ਪਾਵੀ ਮਾਂ ਦੇ ਲੁਧਿਆ ਅਗਲੀ ਆਹ ਰੇਡ ਤੇ ਗੋਗਾ ਡੈਰੀ ਸਰਪੰਚ ਵੱਲੋਂ 500 ਗੋਗਾ ਡੈਰੀ ਸਰਪੰਚ ਵੱਲੋਂ 500 ਕਹਿੰਦੇ 500 ਦੇ ਮਾਨ ਲੱਗੇ ਹੋਏ ਹੈ ਮੋਨਾ ਮੋਨਾ ਸਾਡਾ ਵੀ ਕਬੱਡੀ ਦੇਖ ਸ਼ੇਰੂ ਨੇ ਜਫਾ ਲਾ ਦਿੱਤਾ ਉਹ ਬਾਈ ਦੇ ਜਫੇ ਦਾ ਸਵਾਲ ਆਇਆ ਕਿਆ ਬਾਤਾਂ ਤੇ ਦੁਨੀਆ ਕਹਿੰਦੇ ਨਜ਼ਾਰਾ ਲੈ ਰਹੀ ਹੈ ਦੁਨੀਆ ਨਜ਼ਾਰਾ ਲੈ ਰਹੀ ਹੈ ਇਹ ਤੇ ਕਹਿੰਦੇ ਤੁੱਕ
ਦੁੱਗਾ ਵਾਲਾ ਵੀ ਆਈ ਤੇ ਆਇਆ ਹੋਇਆ ਹੈ, ਦੁੱਗਾ ਵਾਲਾ ਵੀ ਆਈ ਤੇ ਆਇਆ ਹੋਇਆ ਹੈ ਵੀ ਜੱਫਾ ਲਾਉਣਾ ਜ਼ਰੂਰ ਹੈ, ਜੱਫਾ ਲਾਉਣਾ ਜ਼ਰੂਰ ਹੈ। ਦੇਖਦਾ ਵੀ ਮਨਜੋਤ ਤੇ ਖੁਸ਼ੀ, ਖੁਸ਼ੀ ਤੇ ਮਨਜੋਤ, ਮਨਜੋਤ ਤੇ ਖੁਸ਼ੀ ਹੋ ਗਈ, ਪਰ ਪੁਆਇੰਟ ਧਨੌਰੀ ਦੇ ਖਾਤੇ। ਇੱਕ ਵੀਰਾਂ ਨੇ ਐਲਾਨ ਕੀਤਾ ਵੀ ਦੁੱਗਾ ਵਾਲਾ ਖੁਸ਼ੀ ਜੇਕਰ ਤਿੰਨ ਜੱਫੇ ਲਗਾਤਾਰ ਲਾਓ ਤੇ 20,000 ਬਾਈ ਤਿੰਨ ਕਿੱਥੋਂ ਲੱਗਣੇ, ਜੱਫਾ ਤਾਂ ਇੱਕ ਨੀ ਲੱਗ ਰਿਹਾ। ਉਹ ਵੀ ਤੁਸੀਂ ਲਗਾਤਾਰ ਸ਼ਰਤ ਸ਼ਰਤ ਕਾਨੂੰਨ ਚ ਰਹਿ ਕੇ ਕਰੋ ਨਾ। ਉਹ ਰੇਟ ਕਹਿੰਦੇ ਕੋਈ ਗੱਲ ਨੀ, ਲਾਵੇ 20,000 ਲਾਵੇ 25,000, ਜਦ ਵੇਖੋ ਸਾਹਮਣੇ ਰੇਟ ਇੰਦਰਜੀਤ ਬੰਨੀ ਦੀ। ਉਹ ਪੱਲੇ ਮੁੰਡਿਆ ਇਧਰ, ਮੇਰਾ ਖਿਆਲ ਬਈ ਸ਼ੇਰੂ ਹੈ, ਸ਼ੇਰੂ ਧਨੌਰੀ ਵਾਲਾ ਬਾਈ, ਜੱਫਾ ਵਧੀਆ ਲੱਗਿਆ ਤੇ ਤਾਰੀ ਜ਼ੋਰਦਾਰ। ਬਿੱਲਿਆ ਵੀ ਬਿੱਲਿਆ, ਮੈਨੂੰ ਲੱਗਦਾ ਵੀ ਸ਼ੇਰੂ ਦੇ ਵੀ ਦੋ ਜੱਫੇ ਹੋ ਗਏ ਤੇ ਦੁੱਗਾ ਵਾਲੇ ਦੀ ਵੀ ਦੋ ਜੱਫੇ ਹੋ ਗਏ। ਹੁਣ ਗੱਲ ਟੱਚਾਂ ਤੇ ਮੁੱਕਣੀ ਹੈ, ਗੱਲ ਜੱਫਿਆਂ ਤੇ ਮੁੱਕਣੀ, ਭਾਵੇਂ ਲੱਖ ਪੈਂਦੀਆਂ, ਗੱਲ ਜੱਫਿਆਂ ਤੇ ਮੁੱਕਣੀ ਹੈ, ਰੇਡਾਂ ਭਾਵੇਂ ਲੱਖ ਪੈਂਦੀਆਂ ਹੈ, ਗੱਲ ਜੱਫਿਆਂ ਤੇ ਮੁੱਕਣੀ ਹੈ। ਦੁੱਗਾ ਵਾਲੇ ਨੇ ਤਿੰਨ ਜੱਫੇ ਲਾਏ, ਬੁਲਟ ਤੇ ਛਾਲ ਮਾਰ ਕੇ ਬਹਿ ਗਿਆ ਤੇ ਹਾਲੇ ਪਤਾ ਨੀ ਵੀ ਧਨੌਰੀ ਵਾਲਾ ਕਿਹੜਾ ਜੱਫਾ ਲੂ। ਗੋਗੇ ਡਰੀ ਭਾਗੋ ਮਾਜਰੇ ਵੱਲੋਂ 500 ਦੁੱਗਾ ਵਾਲੇ ਖੁਸ਼ੀ ਦੇ ਲਈ। ਗੋਗਾ ਡੈਰੀ ਸਰਪੰਚ ਕੇ ਹੈ ਫਕਰਾਂ ਦੀ ਕਿਰਪਾ ਜੱਟ ਦੁੱਗਾ ਵਾਲੇ ਤੇ, ਹੈ ਫਕਰਾਂ ਦੀ ਕਿਰਪਾ ਜੱਟ ਦੁੱਗਾ ਵਾਲੇ ਤੇ। ਲਓ ਅਗਲੀ ਕਬੱਡੀ ਸੰਦੀਪ ਲੋਧਰ ਦੀ ਪਈ ਹੋਈ ਹੈ, ਮਨੀ ਧਨੌਰੀ ਵਾਲਾ, ਪਰ ਸ਼ੇਰੂ ਫਿਰ ਦੋ ਹੱਥ ਕਰ ਰਿਹਾ ਹੈ। ਸ਼ੇਰੂ ਧਨੌਰੀ ਵਾਲਾ ਜੱਫਾ ਲਾਉਂਦਾ ਜਾਂ ਨਹੀਂ? ਇੱਕ ਪਾਸੇ ਭੱਜ ਰਿਹਾ ਨੌਜਵਾਨ। ਮੈਂ ਵੀ ਬਿੱਲੇ ਜਿਹੜੇ ਬਾਈ ਗਰਾਊਂਡ ਚਲੇ ਗਏ, ਬਾਈ ਤੁਹਾਨੂੰ ਕਹਿੰਦੇ ਆ ਲਾਈਵ ਦੇ ਪ੍ਰਾਲ ਮਾਰੀਆ ਮੁਲਾਜ਼ਮ ਵੀਰ, ਮੁਲਾਜ਼ਮ ਵੀਰ ਬਾਈ ਜੀ ਤੁਹਾਡਾ ਡੰਡਾ ਹੀ ਦੇਖਦਾ ਸਾਰੇ, ਪਲੀਜ਼ ਹੁਣ ਲਾਈਵ ਵਾਲੀ ਜਗ੍ਹਾ ਛੱਡ ਦਿਓ ਨਾ। ਮਨਜੋਤ ਗਿੱਲ ਸਰਦਾਰ ਦਵਿੰਦਰ ਸਿੰਘ ਗਿੱਲ ਦਾ ਬੇਟਾ, ਮਾਛੀ ਵਾਲੇ ਸਾਹਿਬ ਦੀ ਧਰਤੀ ਦਾ ਕਬੱਡੀ ਕੋਚ ਹਰਬੰਸ ਦਾ ਚੰਡਿਆ ਹੋਇਆ ਰੇਡ ਪਾ ਰਿਹਾ, ਪਰ ਦੂਜੇ ਪਾਸੇ ਗੁਰਧਿਆਨਾ ਗੁਰਧਿਆਨਾ ਤੇ ਮਨਜੋਤ ਦੇ ਦਰਮਿਆਨ ਲੱਗਿਆ ਹੋਇਆ ਜੋਰ ਵਜੀ ਹੋਈ ਟੱਕਰ ਦੇ ਵਿੱਚ। ਬੈਂਡ ਮਨਜੋਤ ਆਪਣੀ ਟੀਮ ਦੇ ਸੇ ਜੋੜ ਗਿਆ, ਬੜੀ ਤਕੜੀ ਜੰਗ ਬਣੀ ਹੋਈ ਹੈ। ਲਓ ਇੰਦਰਜੀਤ ਬੰਨੀ ਰੇਡ ਪਾ ਰਿਹਾ। ਲਓ ਸਮਾਣੇ ਵਾਲੇ ਦੀ ਕਬੱਡੀ ਬਣੀ, ਸਮਾਣੇ ਵਾਲੇ ਨੇ ਫਿਰ ਕਬੱਡੀ ਪਾਰਤੀ ਹੈ। ਵਿਆਤਬੰਦੀ ਕੀ ਹੈ ਵੀ ਕਿੱਦਾਂ ਰੱਖਣਾ ਕਿੱਦਾਂ ਰੱਖਣਾ? ਸਾਹਮਣੇ ਸਟਾਪਰ ਹੈ ਨੌਜਵਾਨ ਮਨੀ ਧਨੌਰੀ ਵਾਲਾ ਹੈ ਤੇ ਨਾਲ ਸ਼ੇਰੂ, ਸ਼ੇਰੂ ਨਾਲ ਮੁਕਾਬਲਾ ਹੋ ਚੁੱਕਿਆ ਹੈ। ਸ਼ੇਰੂ ਤੇ ਬੰਨੀ, ਸ਼ੇਰੂ ਲੱਗਣਗੇ ਜਾਂ ਸਮੇਂ ਨੇ ਗੱਲ ਕਰਨੀ ਹੈ। ਉਹ ਬਾਈ ਜਿਹੜਾ ਜਿਹੜਾ ਸ਼ੇਰੂ ਦੇ ਜੱਫੇ ਦੇ ਖੁਸ਼ ਹੈ ਉਹ ਤਾਰੀ ਜ਼ੋਰਦਾਰ ਮਾਰ ਦਿਓ ਨਾ। ਉਹ ਜ਼ੋਰਦਾਰ ਤਾਰੀਆਂ ਦੁੱਗਾਂ ਵਾਲੇ ਦੀ ਵੀ ਤਿੰਨ ਜੱਫੇ, ਅੰਮ੍ਰਿਤਪਾਲ ਸ਼ੇਰੂ ਦੇ ਵੀ ਤਿੰਨ ਜੱਫੇ। ਹੁਣ ਗੱਲ ਕਹਿੰਦੇ ਜੱਫਿਆਂ ਤੇ ਮੁੱਕਣੀ ਹੈ। ਹੁਣ ਵੇਖਦਾ ਵੀ ਦੁੱਗਾਂ ਵਾਲਾ ਚੌਥਾ ਲਾਉਂਦਾ ਕਿ ਨਹੀਂ, ਦੁੱਗਾਂ ਵਾਲਾ ਚੌਥਾ ਜੱਫਾ ਹੋਵੇਗਾ ਕਿ ਨਹੀਂ। ਸਮਸਤਪੁਰੀਏ ਨੌਜਵਾਨ ਪ੍ਰੀਤਮ ਪ੍ਰਧਾਨ ਦੇ ਪੁੱਤਰ ਦੀ ਰੇਡ ਹੈ, ਸੁਲਤਾਨ ਕਬੱਡੀ ਪਾ ਰਿਹਾ ਹੈ, ਕਬੱਡੀ ਦਾ ਸੁਲਤਾਨ ਆ ਪਲੇ ਝਨੇੜੀ ਵਾਲੇ ਹੈ। ਬਾਬੂ ਝਨੇੜੀ ਵਾਲੇ ਨੇ ਟਰਾਈ ਕੀਤੀ ਹੈ, ਮਨੀ ਧੂੜ ਦਾ ਕੀ ਇਸ਼ਾਰਾ ਵੀ ਪੁਆਇੰਟ, ਪੁਆਇੰਟ ਕੀ ਦਾ ਵੀ ਧੂੜਾ ਰਿਹਾ ਪੁਆਇੰਟ ਕਿਹਦੇ ਪਾਸੇ? ਰੈਫਰੀ ਸਾਹਿਬ ਮਨੀ ਧੂੜ ਪੁਆਇੰਟ ਕੀ ਦਾ? ਬਈ ਕੋਈ ਵੀ ਵੀਰ ਬਾਹਰੋਂ ਨਾ ਆਵੇ ਰੈਫਰੀ ਨੂੰ ਫੈਸਲਾ ਦੇਣਗੇ, ਕੋਈ ਵੀ ਬਾਈ ਬਾਹਰੋਂ ਆ ਕੇ ਡਿਸੀਜਨ ਨਾ ਦਿਓ, ਬੇਨਤੀ ਆ ਰੌਲਾ ਨਾ ਗਵਾਇਓ ਕੋਈ। 600 ਰੁਪਿਆ ਗੋਗਾ ਡੈਰੀ ਸਰਪੰਚ ਵੱਲੋਂ, ਜੇਕਰ ਦੁੱਗਾ ਵਾਲਾ ਜੱਫਾ ਲਾਉਂਦਾ ਗੋਗਾ ਡੈਰੀ ਸਰਪੰਚ ਦੁੱਗਾ ਵਾਲਾ, ਉਹਦੇ ਵੱਲੋਂ 600 ਦੇ ਮਾਨ ਸਨਮਾਨ ਹੋਣਗੇ। ਬੜਾ ਚੋਟੀ ਦਾ ਮੈਚ ਆ ਉੱਧਰ, ਸਾਡਾ ਵੀਰ ਗੁਰਜੰਤ ਸਿਉਂਕ ਵਾਲਾ, ਸਿਉਂਕ ਪਰਸ ਵਾਲਾ, ਗੁਰਜੰਤ ਸਿਉਂਕ ਪਰਸ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਬਾਬਾ ਕਾਜੀ ਦਾਸ ਕਬੱਡੀ ਕਲੱਬ ਧਨੌਰੀ ਅਤੇ ਤਿਰਵੇ ਮੰਡੀ ਦੀਆਂ ਟੀਮਾਂ ਦੇ ਦਰਮਿਆਨ ਫਾਈਨਲ ਖੇਡਿਆ ਜਾ ਰਿਹਾ ਹੈ। ਦੁਨੀਆਂ ਦੀਆਂ ਦੋ ਵੱਡੀਆਂ ਟੀਮਾਂ ਦੇ ਦਰਮਿਆਨ ਅੱਜ ਕਹਿੰਦੇ ਬੈਰੋਂ ਪਰ ਭਾਗੋ ਮਾਜਰੇ ਦੇ ਕਬੱਡੀ ਕੱਪ ਦਾ ਫਾਈਨਲ ਦਾ ਨਜ਼ਾਰਾ ਬਣਿਆ ਹੋਇਆ ਹੈ। ਇੱਕ ਪਾਸੇ ਐਨ ਕਹਿੰਦੇ ਟੱਕਰ ਜਿਹੜੀ ਅੱਜ ਦੁਨੀਆਂ ਲੋਚਦੀ ਹੈ, ਅਜਿਹੇ ਮੈਚ ਦੇਖਣ ਲਈ ਅੱਜ ਦੁਨੀਆਂ ਆਨੰਦ ਮਾਣ ਰਹੀ ਹੈ।
ਇੱਕ ਪਾਸੇ ਦੁੱਗਾਂ ਵਾਲੇ ਖੁਸ਼ੀ ਦੇ ਵੀ ਤਿੰਨ ਜਫੇ ਹੈ ਤੇ ਅਮਰ ਤੋਂ ਬਾਅਦ ਸ਼ੇਰੂ ਧਨੌਰੀ ਵਾਲੇ ਦੇ ਵੀ ਤਿੰਨ ਜਫੇ ਹੈ ਪਰ ਫੈਸਲਾ ਜਿਹੜਾ ਹੈ ਉਹ ਮੈਚ ਦੇ ਖਤਮ ਹੋਣ ਤੋਂ ਬਾਅਦ ਹੋਣਾ ਹੈ ਵੀ ਕਿਹੜਾ ਸਟੋਪਰ ਬਣਦਾ ਹੈ ਤੇ ਕਿਹੜਾ ਰੇਡਰ ਅੱਜ ਦੇ ਇਸ ਕਬੱਡੀ ਕੱਪ ਦਾ ਦੁੱਗ ਦੁੱਗ ਦਾ ਮਾਲਕ ਬਣਦਾ ਹੈ ਹਾਂਜੀ ਕਕਰਾਰੀ ਸਾਹਿਬ ਜੀ ਆ ਪੁਆਇੰਟ ਦਾ ਫੈਸਲਾ ਜਲਦੀ ਕਲੀਅਰ ਕਰਾ ਦਿਓ ਜੀ ਫਿਰ ਸਾਰਾ ਸਵਾਦ ਹੀ ਕਿਰਕਰਾ ਹੋ ਜਾਣਾ ਆਹ ਪੁਆਇੰਟ ਦਾ ਜਿਹੜਾ ਰੌਲਾ ਹੈ ਇਹਦਾ ਫੈਸਲਾ ਜਲਦੀ ਤੋਂ ਜਲਦੀ ਕਲੀਅਰ ਦੁੱਗਾ ਵਾਲਾ ਖੁਸ਼ੀ ਹੁਣ ਤੋਂ ਬਾਅਦ ਜਿੰਨੇ ਜਫੇ ਲਾਓ ਤੇ 2000 ਰੁਪਇਆ ਜੋਧਾ ਗੋਗਾ ਸਰਪੰਚ ਡੇਰੀ ਗੋਗਾ ਡੇਰੀ ਸਰਪੰਚ ਉਹਨਾਂ ਵੱਲੋਂ 2000 ਕੋਈ ਨਾ ਜੀ ਡਿਸੀਜਨ ਉਹਨਾਂ ਨੇ ਕਰ ਦੇਣਾ ਬੜੇ ਸਿਆਣਪ ਵਾਲੇ ਬੰਦੇ ਆ ਸਾਰੇ ਅੱਜ ਕਹਿੰਦੇ ਵੀ 1.5 ਲੱਖ ਤੇ 1.25 ਲੱਖ ਪੌਣੇ 2 ਲੱਖ ਰੁਪਇਆ ਕੈਸ਼ ਤੇ ਤਕਰੀਬਨ 2.5 ਲੱਖ ਰੁਪਏ ਦੇ 2 ਬੁਲਟ ਬੈਰਮਪੁਰ ਭਾਗੋ ਮਾਜਰਾ ਸ਼ਿਮਾ USA ਤੇ ਨਾਲ ਸ਼ਿਮਾ ਥਿੰਦ USA ਤੇ ਨਾਲ ਸਾਡਾ ਵੀਰ ਪਿੰਕਾ ਬੈਰਮਪੁਰ USA ਰਵੀ ਸਮਾਣਾ USA ਤੇ ਉਹਨਾਂ ਦੇ ਮਿੱਤਰ ਬਜਿੰਦਰ ਸਿੰਘ ਜੀ ਥਿੰਦ USA ਉਹਨਾਂ ਦਾ ਵੀ ਧੰਨਵਾਦ ਹੈ ਪੁਆਇੰਟ ਰੇਡਰ ਨੂੰ ਦੇ ਦਿੱਤਾ ਗਿਆ ਹੈ ਆਹ ਪੁਆਇੰਟ ਰੇਡਰ ਨੂੰ ਦਿੱਤਾ ਗਿਆ ਪੁਆਇੰਟ ਸੁਲਤਾਨ ਨੂੰ ਦਿੱਤਾ ਗਿਆ ਹੈ ਗਰਾਊਂਡ ਕਲੀਅਰ ਕਰ ਦਿਓ ਜੀ ਗਰਾਊਂਡ ਕਲੀਅਰ ਕਰ ਦਿਓ ਜੋਧਾ ਸਾਡਾ ਵੀ ਲਓ ਸੰਦੀਪ ਦੀ ਰੇਡ ਪੈਣ ਜਾ ਰਹੀ ਹੈ ਸੰਦੀਪ ਲੁੱਧੜ ਆ ਗਿਆ ਸੰਦੀਪ ਲੁੱਧੜ ਆ ਗਿਆ ਰੇਡ ਪਾਉਣ ਦੇ ਲਈ ਬਾਬਾ ਗਾਜੀ ਦਾਸ ਕਬੱਡੀ ਕਲੱਬ ਧਨੌਰੀ ਦੀ ਟੀਮ ਨੇ 4 ਜਾਫੀਆਂ ਦੇ ਵਿੱਚ ਲਓ ਧਨੌਰੀ ਪਿੰਡ ਦਾ ਮਨੀ ਮੰਨੇ ਸੰਧੂ ਦੀਆਂ ਟੀਮਾਂ ਕਹਿੰਦੇ ਦੋਨੋਂ ਹੀ ਰਿਚਮਿੰਡ ਯੂਨਾਈਟਡ ਕਬੱਡੀ ਕਲੱਬ ਦਾ ਮਨਪ੍ਰੀਤ ਮੰਨਾ ਸੰਧੂ ਕਪੂਰੇ ਪਿੰਡ ਵਾਲੀ ਦੀਆਂ ਦੋਨੋਂ ਟੀਮਾਂ ਲਓ ਰੇਡ ਸਾਹਮਣੇ ਸੁਲਤਾਨ ਦੀ ਹੈ ਪ੍ਰੀਤਮ ਪਹਿਲਵਾਨ ਦਾ ਪੁੱਤਰ ਰੇਡ ਪਾ ਰਿਹਾ ਹੈ ਐਸਮੇ ਰੇਡ ਪਈ ਹੋਈ ਹੈ ਤੇ ਸੰਦੀਪ ਲੁੱਧਰ ਨੇ ਵਿੱਚ ਵਿਦੇਸ਼ਾ ਅੱਤ ਹੀ ਚੱਕੀ ਏ ਯਾਦ ਕੋਟ ਲਈ ਹਰਦੇ ਹੋਏ ਮੈਂ ਤਾਰਨ ਦਾ ਸਮਸਪੁਰੀਆ ਸੁਲਤਾਨ ਕਬੱਡੀਆਂ ਕਹਿੰਦੇ ਸਿਰੇ ਹੀ ਮਾਰਨ ਦਾ ਕਹਿੰਦੇ ਸਿਰੇ ਹੀ ਮਾਰਨ ਦਾ ਅੱਜ ਕੌਣ ਸਿਰਾ ਕਰਾ ਕੇ ਜਾਂਦਾ ਹੈ ਲਾਓ ਇੱਕ ਪਾਸੇ ਮਨੀ ਹੈ ਧਨੌਰੀ ਵਾਲਾ ਹੈ ਪਰ ਮਾਂ ਦਾ ਲੁੱਧਾ ਹੈ ਛੇਤੀ ਹੱਥ ਚੱਲਦਾ ਹੈ ਛੇਤੀ ਹੱਥ ਪਿਆਰ ਦੇ ਨਾਲ ਪਿਆਰ ਨਾਲ ਸਦਾ ਰਲ ਕੇ ਰਹੀਏ ਕਿ ਸਾਨੂੰ ਫਖਰ ਦੋਸਤਾਂ ਤੇ ਸਾਡੀ ਹੋੜ ਯਾਰੀ ਦੇ ਚਰਚੇ ਰਾਜੇ ਖੇਲੇ ਸੌ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ ਕਿ ਰਾਜੇ ਖੇਲੇ ਸੌ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ ਸੱਚੇ ਯਾਰ ਨਹੀਂ ਜਾਂਦੇ ਪਰਖੇ ਲਾਸਟ 2-2 ਕਬੱਡੀਆਂ ਬਾਕੀ ਟੋਟਲ 4 ਕਬੱਡੀਆਂ ਬਾਕੀ ਸੁਲਤਾਨ ਦੀ ਰੇਡ ਪਾ ਰਹੀ ਹੈ ਸੁਲਤਾਨ ਰੇਡ ਪਾ ਰਿਹਾ ਹੈ ਸੁਲਤਾਨ ਦੀ ਰੇਡ ਮੈਦਾਨ ਦੇ ਵਿੱਚ ਵੇਖੋ ਸੱਤੀ ਸਸੇਰਾ ਸੱਤੀ ਤੇ ਸਸੇਰਾ ਸੁਲਤਾਨ ਸੁਲਤਾਨ ਉਹ ਭਾਗੋ ਬਾਜਰੇ ਵਾਲੀ ਅੱਜ ਦੇ ਟੂਰਨਾਮੈਂਟ ਦਾ ਨਜ਼ਾਰਾ ਆ ਰਿਹਾ ਬਈ ਜੇ ਮੈਚਾਂ ਦਾ ਸਵਾਦ ਤੇ ਲਲਕਾਰੇ ਜ਼ੋਰਦਾਰ ਅੱਜ ਤੇ ਮੈਚ ਹੀ ਕਰਾਰੀ ਸਾਹਿਬ ਇੰਨਾ ਫਸਿਆ ਪਾ ਫਾਈਨਲ ਮੈਚ ਹਰ ਇੱਕ ਦਰਸ਼ਕ ਵੀ ਆਪ ਆਪਣੇ ਚਿਖੇਤੇ ਦੀ ਦੁਆਵਾਂ ਕਰੀ ਜਾਂਦਾ ਹੈ ਕਰੀ ਜਾਂਦੇ ਹੈ ਗੋਗਾ ਸਰਪੰਚ ਡੇਰੀ ਵਾਲੇ ਨੇ ਐਲਾਨ ਕਰ ਦਿੱਤਾ ਵੀ ਇਹ ਰੇਟ ਤੇ 1000 ਆਹ ਰੇਟ ਤੇ ਦਿੱਤਾ ਜਾਵੇਗਾ ਲਓ ਸੰਦੀਪ ਦੀ ਰੇਟ ਪਾ ਰਹੀ ਹੈ ਜੱਸੀ ਤਿਆਰ ਹੈ ਮਨੀ ਵੀ ਤਿਆਰ ਹੈ ਆਹ ਇਹ ਮੁੰਡਾ ਕਹਿੰਦੇ ਜੱਸੀ ਪਰ ਸੰਦੀਪ ਲੁੱਧਰ ਦੇ ਲਈ ਉਧਰ ਗੋਗਾ ਡੇਰੀ ਸਰਪੰਚ ਵੱਲੋਂ 1000 ਦਾ ਵੀ ਕੋਚ ਸਾਹਿਬ 1000 ਲਾਸਟ ਇੱਕ ਰੇਡ ਬਾਕੀ ਹੈ ਇੱਕ ਰੇਡ ਇਸ ਮੈਚ ਦੀ ਬਾਕੀ ਹੈ ਬੁਲਟ ਕਿਹਨੇ ਜਿੱਤਣਾ ਹੈ ਰਵਿੰਦਰ ਬੁਲਟ ਕਿਹਨੇ ਜਿੱਤਣਾ ਹੈ ਤੁੱਗਾ ਵਾਲਾ 500 ਰੁਪਇਆ ਗੋਗਾ ਡੈਰੀ ਸਰਪੰਚ ਲਓ ਸੁਲਤਾਨ ਪ੍ਰੀਤਮ ਭਲਵਾਨ ਦਾ ਪੁੱਤ ਆ ਗਿਆ ਪ੍ਰੀਤਮ ਭਲਵਾਨ ਦਾ ਪੁੱਤਰ ਆ ਗਿਆ ਰੇਡ ਪਾਉਣ ਲਈ ਦੁੱਗਾ ਵਾਲਾ ਤਿਆਰ ਹੈ ਲਓ ਦੁੱਗਾ ਵਾਲਾ ਤਿਆਰ ਉਹ ਬਾਈ ਜੀ ਗਰਾਊਂਡ ਖਾਲੀ ਕਰ ਦੇ ਤੇਰੇ ਬਾਕੀ ਆ ਆਹ 500 ਚੱਕ ਲੈ ਵੀ ਕੋਚ
ਆ ਚੱਕ 500 ਇੱਕ ਰੇਡ ਬਾਕੀ ਆ ਹਲੇ ਸਰਦਾਰ ਚੋਗਾ ਸਿੰਘ ਆ ਪਿੱਛੇ ਬਣਾ ਦਿਓ ਖੁਸ਼ੀ ਨੂੰ ਲਾਸਟ ਰੇਡਾ ਬਾਈ ਜੀ ਗਰਾਊਂਡ ਕਲੀਅਰ ਕਰ ਦਿਓ ਇੱਕ ਰੇਡਾ ਬਾਈ ਜੀ ਹੁਣ ਛੱਡ ਦਿਓ ਖੜਾ ਲਓ ਲਾਸਟ ਰੇਡ ਸੰਦੀਪ ਦੀ ਸਰਪੰਚ ਬਲੋਰਾ ਰੇਡੇ ਦੀ 500 ਜਿਹੜੇ ਵੀ ਲਾਈਵ ਦੇਖ ਰਹੇ ਉਹਨੂੰ ਦੱਸਦੀ ਵੀ ਸੰਦੀਪ ਲੁੱਧਰ ਲੈ ਗਿਆ ਲਾਸਟ ਪੁਆਇੰਟ ਤੇ 500 ਰੁਪਇਆ ਸੰਦੀਪ ਲੁੱਧਰ ਨੂੰ ਗੋਗਾ ਡੈਰੀ ਸਰਪੰਚ ਹਾਂਜੀ ਇਸ ਮੈਚ ਦਾ ਯਾਰ ਰਿਜ਼ਲਟ ਸੁਣੋ ਮੈਚ ਦਾ ਦਿਨ ਦੇ ਮੰਡੀ ਦੀ ਟੀਮ ਦੇ ਪੁਆਇੰਟ 20 ਪੁਆਇੰਟ ਹੈ ਦਿਨ ਦੇ ਮੰਡੀ ਦੀ ਟੀਮ ਦੇ ਬਾਬਾ ਕਾਲੀਦਾਸ ਕਬੱਡੀ ਕਲੱਬ ਧਨੌਰੀ ਦੀ ਟੀਮ ਦੇ ਪੁਆਇੰਟ 20.5 ਬਾਬਾ ਕਾਲੀਦਾਸ ਕਬੱਡੀ ਕਲੱਬ ਧਨੌਰੀ ਫਸਟ ਤੇ ਦਿੜਵਾ ਮੰਡੀ ਸੈਕਿੰਡ ਬੈਸਟ ਦੱਸਦੇ ਹੁਣੇ ਪ੍ਰੇਮ ਮੋਟਰ ਤੇ ਗੁਰਦਾਸ ਮੋਟਰ ਦਾ ਬਹੁਤ ਬਹੁਤ ਧੰਨਵਾਦ ਹੈ ਬੈਸਟ ਨੂੰ ਤਾਂ ਚੱਕੀ ਫਿਰਦੀ ਹੈ ਸੰਗਤ ਬੈਸਟ ਵੀ ਹੁਣੇ ਦੱਸਦੇ ਹਾਂ ਬਿੱਲੇ ਇੱਕ ਮਿੰਟ ਹੁਣ ਤੂੰ ਰੁਕ ਜਾ ਮੇਰੇ ਵੀਰ ਲਈ 500 ਰੁਪਇਆ ਲੁੱਧਰ ਦਾ ਕੋਈ ਮੇਰੇ ਕੋਲ ਲੈ ਕੇ ਜਾਊਗਾ ਕਵੀ ਕੋਚ ਆ ਜਾ ਭੱਜ ਕੇ ਕੋਚ ਹਾਂਜੀ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ ਬੈਸਟ ਰੇਡਰ ਕੌਣ ਹੈ ਦਿੱਲੀ ਦੂਰ ਹਲੇ ਧਿਆਨ ਦੇ ਨਾਲ ਸੁਣਿਓ ਸੁਲਤਾਨ ਨੇ ਰੇਡਾ ਮਾਰਿਆ 12 ਸੰਦੀਪ ਲੁੱਧਣ ਨੇ ਰੇਡਾ ਮਾਰਿਆ 11 ਸੁਲਤਾਨ ਨੇ ਰੇਡਾ ਮਾਰਿਆ 12 ਤੇ ਅੰਕ ਹਾਸਲ ਕੀਤੇ 9 ਸੰਦੀਪ ਲੁੱਧਣ ਨੇ ਰੇਡਾ ਮਾਰਿਆ 11 ਤੇ ਅੰਕ ਹਾਸਲ ਕੀਤੇ 9 ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਰੇਡਰ ਸੰਦੀਪ ਲੁੱਧਣ ਸੰਦੀਪ ਲੁੱਧਣ ਇੱਕ ਵਾਰ ਤਾੜੀਆਂ ਵਾਜੀ ਸੰਦੀਪ ਦੇ ਨਾਂ ਦੀਆਂ ਜ਼ੋਰਦਾਰ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ ਅੰਮ੍ਰਿਤਪਾਲ ਛੇਰੂ ਦੇ ਟੱਚ 6 ਦੁੱਗਾ ਵਾਲੇ ਖੁਸ਼ੀ ਦੇ ਟੱਚ 9 ਅੰਮ੍ਰਿਤਪਾਲ ਛੇਰੂ ਦੇ ਟੱਚ 6 ਤੇ ਚੁੱਫੇ 3 ਦੁੱਗਾ ਵਾਲੇ ਖੁਸ਼ੀ ਦੇ ਟੱਚ 9 ਪਰ ਚੁੱਫੇ 4 ਇਸ ਕਰਕੇ ਦੁੱਗਾ ਵਾਲਾ ਖੁਸ਼ੀ ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਸਟੋਪਰ ਹੈ ਇੱਕ ਵਾਰ ਤਾੜੀ ਵਾਈ ਜੀ ਜ਼ੋਰਦਾਰ ਇੱਕ ਵਾਰ ਤਾੜੀ ਜ਼ੋਰਦਾਰ ਬਾਬਾ ਗਾਜੀ ਦਾ ਕਬੱਡੀ ਕਲੱਬ ਧਨੌਰੀ ਫਸਟ ਰਿਹਾ ਤੇ ਦਿੜਵੇ ਮੰਡੀ ਦੀ ਟੀਮ ਸੈਕਿੰਡ ਰਹੀ ਹੈ ਪਰ ਦੋਨੋਂ ਬੁਲਟ ਜਿਹੜੇ ਉਹ ਦਿੜਵੇ ਮੰਡੀ ਵਾਲੇ ਬਾਜੀ ਮਾਰ ਗਏ ਮਨੀ ਨੇ ਵੀ ਜ਼ੋਰ ਬਹੁਤ ਲਾਇਆ ਹੈ ਸੁਲਤਾਨ ਨੇ ਵੀ ਸ਼ੇਰੂ ਨੇ ਵੀ ਪਰ ਮੈਚ ਜਿੱਤ ਤਾਂ ਆਖਿਰਕਾਰ ਜਿਵੇਂ ਕਹਿੰਦੇ ਉਹਦੀ ਹੋਣੀ ਹੈ।